ਬਿਸਮਿਲਲਾ ਦੀ ਬਰਕਤ ਅੱਜ ਅਸੀਂ ਬਣਾਵਾਂਗੇ ਖਜੂਰ ਦੀ ਬਰਫੀ ਡਰਾਈ ਫਰੂਟ ਦੇ ਨਾਲ। ਅੱਧਾ ਪਾਓ ਖਜੂਰਾਂ ਨੇ, ਖਜੂਰਾਂ ਨੇ ਮੈਂ ਛਿਲਕੇ ਲਾ ਕੇ ਗਿਟਕਾਂ ਜਿਹੜੀਆਂ ਨੇ ਇੱਕ ਪਾਸੇ ਕਰ ਲਿੱਤੀਆਂ ਨੇ, ਅਤੇ ਆਹ ਡਰਾਈ ਫਰੂਟ ਪਾਵਾਂਗੀ। 2 ਚਮਚ ਖੋਪਰਾ, ਬਦਾਮ, ਮੇਵਾ, ਖੁਮਾਨੀ ਬਰੀਕ ਬਰੀਕ ਕੱਟ ਕੇ ਆ ਪਾਵਾਂਗੀ। ਪਿਸਤਾ ਪਾਵਾਂਗੀ 2 ਚਮਚ। ਚਲੋ ਫਿਰ ਬਣਾ ਲਈਏ। ਅਸੀਂ ਪਿਸਤਾ ਬਦਾਮ ਸਾਰਾ ਵਿੱਚ ਪਾਵਾਂਗੇ ਅੰਦਰ, ਅਤੇ ਬਰਫੀ ਬਣਾਵਾਂਗੇ ਅਸੀਂ ਖੋਪਰਾ ਵਗੈਰਾ ਪਾ ਕੇ। ਸ਼ੂਗਰ ਫਰੀ ਬਣਾ ਰਹੇ ਹਾਂ ਬਰਫੀ। ਹੁਣ ਅਸੀਂ ਇਹਨੂੰ ਥਾਲ ਦੇ ਵਿੱਚ ਚਿਪਕਾ ਕੇ ਫਿਰ ਇਹਨੂੰ ਕੱਟਾਂਗੇ, ਠੀਕ ਹੈ ਜੀ। ਪਰਾਤ ਦੇ ਵਿੱਚ 1 ਚਮਚ ਮੈਂ ਦੇਸੀ ਘਿਓ ਪਾਵਾਂਗੀ ਅਤੇ ਮਿਕਸ ਕਰ ਦਾਂਗੀ। ਦੇਸੀ ਘਿਓ ਨਹੀਂ, ਮੱਖਣ ਪਾ ਲਓ 1 ਚਮਚ ਬਸ ਛੋਟਾ। ਹੁਣ ਮੈਂ ਜਿਹੜਾ ਖਜੂਰ ਦਾ ਜਿਹੜਾ ਮਨੀਦਾ ਹੈਗਾ ਇਹ ਵਿੱਚ ਪਾਵਾਂਗੀ ਇਸ ਤਰ੍ਹਾਂ, ਤਾਂ ਕਿ ਜਦੋਂ ਅਸੀਂ ਸ਼ੇਪ ਦਈਏ ਅੱਛੀ ਤਰ੍ਹਾਂ ਦੀ ਸ਼ੇਪ ਬਣ ਗਈ। ਹੁਣ ਮੈਂ ਤੁਹਾਨੂੰ ਕਟਿੰਗ ਕਰਕੇ ਬਣਾਉਂਦੀ ਹਾਂ, ਠੀਕ ਹੈ ਬੇਟਾ ਜੀ। ਅਸੀਂ ਖਜੂਰ ਜਿਹੜੀ ਬਰਫੀ ਹੈਗੀ ਉਹਨੂੰ ਅਸੀਂ ਸ਼ੇਪ ਦੇ ਦਿੱਤੀ ਹੈ ਬਰਫੀ ਦੀ, ਹੁਣ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੇ ਹਾਂ, ਠੀਕ ਹੈ ਬੇਟਾ ਜੀ। ਮੈਂ ਖਜੂਰ ਦੀ ਬਰਫੀ ਬਣਾਈ ਹੈ ਡਰਾਈ ਫਰੂਟ ਨਾਲ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ ਵਿੱਚ ਯਾਦ ਰੱਖਣਾ ਲਾਫੀ।